indiantimesdaily.com ਤੇ ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਹੈ। ਕੈਨੇਡਾ ਦੀਆਂ 10 ਮੁੱਖ ਖਬਰਾਂ ਹਨ। ਫੈਡਰਲ ਐਨਡੀਪੀ ਦੇ ਸਾਰੇ ਉਮੀਦਵਾਰ ਕੈਂਪੇਨ ਦੇ 8ਵੇਂ ਅਤੇ ਆਖਰੀ ਬਹਿਸ ਦੇ ਦੌਰਾਨ ਆਪਣੇ ਪ੍ਰਤੀਦਵੰਦੀ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾ ਰਹੇ ਸਨ। 4 ਉਮੀਦਵਾਰਾਂ ਵਿੱਚੋਂ ਸਿੰਘ ਇਕੱਲੇ ਹਨ ਜੋ ਫੈਡਰਲ ਰਾਜਨੀਤੀਗੇ ਨਹੀਂ ਹਨ ਅਤੇ ਇਸ ਕੰਜੈਨੀਅਲ ਬਹਿਸ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਨਾ ਪਿਆ। ਅਗਲੀ ਜੁਲਾਈ ਤੱਕ ਓਨਟੇਰੀਓ ਪਬਲਿਕ ਸਰਵਿਸ ਇੰਪਲੋਈਜ਼ ਯੂਨੀਅਨ ਨੂੰ ਓਨਟੇਰੀਓ ਦੇ ਕੈਨੇਬਿਸ ਸਟੋਰਸ ਵਿੱਚ ਕੰਮ ਕਰਨ ਦੇ ਲਈ ਵੈਲ ਟ੍ਰੇਨਡ ਕਰਕੇ ਤਿਆਰ ਕੀਤਾ ਜਾਵੇਗਾ। ਪ੍ਰੈਜ਼ੀਡੈਂਟ ਵਾਰਨ ਥੌਮਸ ਨੇ ਕਿਹਾ ਹੈ ਕਿ ਮੈਡੀਕਲ ਮੈਰੀਵਾਨਾ ਇੰਡਸਟਰੀ ਵਿੱਚ ਕਾਫੀ ਐਕਸਪਰਟਸ ਉਪਲਬਧ ਹਨ ਜੋ ਉਹਨਾਂ ਦੇ ਸਦੱਸਿਆਂ ਨੂੰ ਡਿਸਟ੍ਰੀਬਿਊਸ਼ਨ, ਸੇਲਸ ਅਤੇ ਪ੍ਰੋਡਕਟ ਕੁਆਲਿਟੀ ਕੰਟਰੋਲ ਵਿੱਚ ਟ੍ਰੇਨ ਕਰ ਸਕਦੇ ਹਨ। ਸਾਬਕਾ ਯੂਐਸ ਪ੍ਰੈਜ਼ੀਡੈਂਟ ਬਰਾਕ ਓਬਾਮਾ 29 ਸਤੰਬਰ ਨੂੰ ਮੈਟਰੋ ਕਨਵੈਨਸ਼ਨ ਸੈਂਟਰ ਵਿੱਚ ਇੱਕ ਲੰਚ ਦੇ ਦੌਰਾਨ ਭਾਸ਼ਣ ਦੇਣਗੇ। ਉਹਨਾਂ ਦੇ ਭਾਸ਼ਣ ਦੇ ਬਾਅਦ ਕਾਫੀ ਸਾਰੇ ਵਿਸ਼ਿਆਂ ਉੱਤੇ ਇੱਕ ਨਿਯਮਿਤ ਗੱਲਬਾਤ ਹੋਵੇਗੀ। ਹਰੀਕੇ ਨਿਰਮਾ ਦੇ ਆਉਣ ਤੋਂ ਪਹਿਲਾਂ ਸੈਂਟ ਮਾਰਟਿਨ ਤੋਂ ਭੱਜੇ ਕੈਨੇਡੀਅਨ ਮੈਡੀਕਲ ਸਟੂਡੈਂਟਸ ਨੇ ਫੈਡਰਲ ਸਰਕਾਰ ਤੋਂ ਆਪਣੇ ਉਹਨਾਂ ਦੋਸਤਾਂ ਦੀ ਮਦਦ ਕਰਨ ਦਾ ਅਨੁਰੋਧ ਕੀਤਾ ਹੈ ਜੋ ਉੱਥੋਂ ਦੀ ਨਿਕਲ ਨਹੀਂ ਸਕੇ ਸਨ। ਉਹਨਾਂ ਨੇ ਇਸ ਪਰਿਸਥਿਤੀ ਉੱਤੇ ਲੋਕਾਂ ਦਾ ਧਿਆਨ ਖਿੱਚਣ ਦੇ ਲਈ ਇੱਕ ਆਨਲਾਈਨ ਪਟੀਸ਼ਨ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਐਤਵਾਰ ਦੁਪਹਿਰ ਤੱਕ 1500 ਤੋਂ ਜ਼ਿਆਦਾ ਹਸਤਾਖਰ ਆ ਚੁੱਕੇ ਹਨ। ਸਮਰ ਬ੍ਰੇਕ ਦੇ ਬਾਅਦ ਸ਼ੁਰੂ ਹੋਣ ਜਾ ਰਹੇ ਓਨਟੇਰੀਓ ਦੇ ਵਿਧਾਨ ਸਭਾ ਵਿੱਚ ਲੇਬਰ ਲਾਅ ਵਿੱਚ ਜ਼ਬਰਦਸਤ ਫੇਰ ਬਦਲਾਅ ਅਤੇ ਮੈਰੀਵਾਨਾ ਦੀ ਚਰਚਾ ਹੀ ਜ਼ਿਆਦਾ ਹੋਣ ਵਾਲੀ ਹੈ। ਹਾਲਾਂਕਿ ਵਿਧਾਇਕਾਂ ਦਾ ਵਪਾਰ ਵੀ ਉਸ ਵੇਲੇ ਸ਼ੁਰੂ ਹੋ ਜਾਵੇਗਾ ਕਿਉਂਕਿ ਲੇਬਰਲਸ ਉੱਤੇ 2 ਸੁਣਵਾਈ ਵੀ ਸ਼ੁਰੂ ਹੋ ਜਾਵੇਗੀ ਜਿਸ ਦਾ ਓਨਟੇਰੀਓ ਦੀ ਰਾਜਨੀਤੀ ਉੱਤੇ ਹਾਵੀ ਹੋਣਾ ਪੱਕਾ ਹੈ। ਫਾਇਰ ਫਾਈਟਰਸ ਅਲਬਰਟਾ ਦੇ ਵਾਟਰਟਨ ਲੇਕਸ ਨੈਸ਼ਨਲ ਪਾਰਕ ਦੀ ਹੱਦ ਤੋਂ ਵੱਧ ਚੁੱਕੀ ਵਾਈਲਡ ਫਾਇਰ ਨੂੰ ਦੂਰ ਕਰਨ ਦੇ ਲਈ ਛੋਟੀ ਛੋਟੀ ਅੱਗ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਅਗਰ ਮੌਸਮ ਠੀਕ ਰਿਹਾ ਤਾਂ ਕਰੂ ਪਾਰਕ ਦੇ ਕੋਲ ਆਸਮਾਨ ਤੋਂ ਅੱਗ ਸ਼ੁਰੂ ਕਰਨਗੇ ਤਾਂ ਕਿ ਵਾਟਰਟਨ ਦੇ ਵੱਲ ਵੱਧਦੀ ਅੱਗ ਦੀ ਦਿਸ਼ਾ ਬਦਲੀ ਜਾ ਸਕੇ। ਹੈਮਿਲਟਨ ਦਾ ਇੱਕ ਚਰਚ ਸਦੀਆਂ ਪੁਰਾਣੇ ਕਬਰਾਂ ਨੂੰ ਕਿਤੇ ਹੋਰ ਲਿਜਾਣ ਦੇ ਬਾਰੇ ਸੋਚ ਰਿਹਾ ਹੈ ਤਾਂ ਕਿ ਅੱਜ ਦੇ ਕੌਂਟੋ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਰਾਸਤਾ ਦਿੱਤਾ ਜਾ ਸਕੇ। ਕੈਥੇਡ੍ਰਲ ਪਲੇਸ ਨੇ ਮੌਜੂਦਾ ਚਰਚ ਦੇ ਕੋਲ ਇੱਕ ਮਿਕਸ ਰੈਜ਼ੀਡੈਂਸ਼ੀਅਲ ਅਤੇ ਰੀਟੇਲ ਕੰਪਲੈਕਸ ਬਣਾਉਣ ਦਾ ਆਵੇਦਨ ਦਿੱਤਾ ਹੈ ਤਾਂ ਕਿ ਉਹ ਖੁਦਾਈ ਕਰਨ ਦੇ ਲਈ ਸੰਭਾਵਿਤ ਨਿਰਮਾਣ ਦਾ ਫਾਇਦਾ ਚੁੱਕ ਸਕਣ। ਸਪ੍ਰਿੰਗ ਫਲੱਡਿੰਗ ਤੋਂ ਪ੍ਰਭਾਵਿਤ ਕਬੈਕ ਦੇ ਦਰਜਨਾਂ ਨਿਵਾਸੀਆਂ ਨੇ ਮੌਂਟਰੀਅਲ ਦੇ ਵੈਸ ਆਈਲੈਂਡ ਵਿੱਚ ਸਰਕਾਰੀ ਏਡ ਦੀ ਧੀਮੀ ਗਤੀ ਦੇ ਵਿਰੋਧ ਵਿੱਚ ਇੱਕ ਰੈਲੀ ਕੱਢੀ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣ ਤੱਕ ਕੋਈ ਵੀ ਵਿੱਤੀ ਸਹਾਇਤਾ ਨਹੀਂ ਮਿਲੀ ਹੈ ਅਤੇ ਉਹਨਾਂ ਨੂੰ ਆਪਣੀ ਫਾਈਲਸ ਦੇ ਸਟੇਟਸ ਦੀ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ। ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਡੈਮੋਕ੍ਰੈਟਿਕ ਸਰਕਾਰ ਪਿਛਲੇ ਹਫ਼ਤੇ ਦੇ ਆਪਣੇ ਐਂਬੀਸ਼ੀਅਸ ਥਰੋਨ ਸਪੀਚ ਦੇ ਬਾਅਦ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਇੱਕ ਤਤਕਾਲੀਨ ਅਤੇ ਸਕਾਰਾਤਮਕ ਪ੍ਰਤੀਬੱਧਤਾ ਐਨਡੀਪੀ ਦੀ ਮਾਈਨੋਰਿਟੀ ਸਰਕਾਰ ਦੇ ਲਈ ਆਰਥਿਕ ਅਤੇ ਰਾਜਨੀਤਿਕ ਰੂਪ ਤੋਂ ਇੱਕ ਵਧੀਆ ਕਦਮ ਹੋਵੇਗਾ। ਐਂਟੀਗੋਨਿਸ਼ ਵਿੱਚ ਪੀਸ ਬਾਏ ਚਾਕਲੇਟ ਦੀ ਨਵੀਂ ਫੈਕਟਰੀ ਦੀ ਗ੍ਰੈਂਡ ਓਪਨਿੰਗ ਦੇ ਆਯੋਜਨ ਦੇ ਲਈ ਸੈਂਕੜੇ ਲੋਕੀ ਲਾਈਨ ਵਿੱਚ ਖੜੇ ਸਨ। ਪੀਐਮ ਜਸਟਿਨ ਟਰੂਡੋ ਨੇ ਜਿਸ ਸੀਰੀਅਨ ਰਿਫਿਊਜੀ ਦੇ ਸਵੀਟਸ ਦੀ ਤਾਰੀਫ ਕੀਤੀ ਸੀ, ਉਸਨੇ ਉਸ ਸ਼ਹਿਰ ਦਾ ਕਰਜ਼ ਉਤਾਰਨ ਦਾ ਇਹ ਤਰੀਕਾ ਅਪਣਾਇਆ ਕਿ ਉਸਨੇ ਵਰਲਡ ਰਿਕਗਨਾਈਜ਼ ਸਕਸੈਸ ਸਟੋਰੀ ਅਰਜਿਤ ਕਰਨ ਵਿੱਚ ਉਸ ਸ਼ਹਿਰ ਦੀ ਹਰ ਤਰੀਕੇ ਨਾਲ ਮਦਦ ਕੀਤੀ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਡੇਲੀ 'ਤੇ ਲੌਕਡਾਊਨ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਸ ਤੋਂ ਇਲਾਵਾ ਹੁਣ ਇਸ ਪੋਰਟਲ 'ਤੇ ਤੁਸੀਂ ਅਕਾਊਂਟਿੰਗ ਫਰਮ ਤੋਂ ਲੈ ਕੇ ਵੈਡਿੰਗ ਪਲਾਨਰਸ ਤੱਕ ਦੇ ਸਾਰੇ ਕੈਨੇਡੀਅਨ ਬਿਜ਼ਨਸਿਸ ਅਤੇ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ 'ਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਅਤੇ ਖੁਸ਼ਗਵਾਰ ਗੁਜ਼ਰੇ।